ਲਓ ਵੀ ਦੋਸਤੋ ਅੱਜ ਇੱਕ ਹੋਰ ਆਪਾਂ ਥੋੜੀ ਜਿਹੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਆ ਅੱਜ ਆਪਾਂ ਗੱਲ ਕਰਾਂਗੇ ਅਰਮੀਨੀਆ ਉੱਤੇ ਕਿਉਂਕਿ ਮੈਂ ਆਪਣੇ ਚੈਨਲ ਦੇ ਉੱਤੇ ਅਰਮੀਨੀਆ ਬਾਰੇ ਵੀ ਥੋੜੀ ਜਿਹੀ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਤੇ ਅਰਮੀਨੀਆ ਦੇ ਜਿਹੜੇ ਸਾਡੇ ਵੀਰ ਉੱਥੇ ਬੈਠੇ ਆ ਉਹ ਵੀ ਸਾਡੇ ਨਾਲ ਜੁੜੇ ਹੋਏ ਆ ਜਾਂ ਜਿਹੜੇ ਜਾਣਾ ਚਾਹੁੰਦੇ ਆ ਉਹ ਵੀ ਸਾਡੇ ਨਾਲ ਜਿਹੜੇ ਆ ਜੁੜੇ ਹੋਏ ਆ ਵੀ ਥੋੜੀ ਜਿਹੜੀ ਜਾਨੂੰ ਜਾਣਕਾਰੀ ਅਰਮੀਨੀਆ ਬਾਰੇ ਵੀ ਦੋ ਤੇ ਅੱਜ ਆਪਾਂ ਜਿਹੜੀ ਗੱਲ ਕਰਾਂਗੇ ਅਰਮੀਨੀਆ ਦੀ ਬਈ ਉੱਥੇ ਦੇ ਕੀ ਹਾਲਾਤ ਆ ਕੀ ਤੁਹਾਨੂੰ ਉੱਥੇ ਜਾਣ 'ਚ ਫਾਇਦਾ ਹੈਗਾ ਆ ਜਾਂ ਤੁਹਾਡਾ ਨੁਕਸਾਨ ਆ ਕਿਉਂਕਿ ਖੁਦ ਮੈਂ ਜਿਹੜੇ ਆ ਬਈ ਮੇਰੇ ਪਿੰਡ ਦੇ ਦੋ ਬੰਦੇ ਤਾਂ ਖੁਦ ਮੇਰੇ ਪਿੰਡ ਦੇ ਜਿਹੜੇ ਆ ਉਹ ਅਰਮੀਨੀਆ ਤੋਂ ਵਾਪਸ ਆ ਗਏ ਇੱਕ ਸਾਡੇ ਲਾਗੇ ਹੀ ਪਿੰਡ ਪੈਂਦਾ ਸੀ ਉਹਦੇ ਫਾਦਰ ਸਾਹਿਬ ਮੇਰੇ ਨਾਲ ਅਟੈਚ ਸੀਗੇ YouTube ਦੇ ਥਰੂ ਤੇ ਉਹਨੇ ਜਾਣ ਤੋਂ ਪਹਿਲਾਂ ਮੇਰੇ ਨਾਲ ਗੱਲ ਵੀ ਕੀਤੀ ਸੀ ਪਰ ਫੇਰ ਵੀ ਮੇਰੇ ਕਹੇ ਤੋਂ ਜਦੋਂ ਮੇਰੇ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਨਹੀਂ ਸਾਡੇ ਕੋ ਪਿੰਡ ਦੀ ਕੁੜੀ ਹੈਗੀ ਆ ਵੀ ਉਹਨੇ ਸਾਰੀ ਗੱਲਬਾਤ ਕੀਤੀ ਹੋਈ ਆ ਉੱਥੇ ਕੰਮ ਮਿਲ ਜਾਣਾ ਸਾਰਾ ਕੁਝ ਹੋ ਜਾਣਾ ਤੇ ਫੇਰ ਵੀ ਉਹਨੇ ਯਾਨੀ ਕਿ ਉਹਨੂੰ ਅਰਮੀਨੀਆ ਭੇਜਤਾ ਤੇ ਉਹ ਵੀ ਜਿਹੜਾ ਸਾਡਾ ਵੀਰ ਵਾਪਸ ਆ ਗਿਆ ਤੇ ਆਪਾਂ ਦੱਸਦੇ ਹਾਂ ਵੀ ਅਰਮੀਨੀਆ ਦੇ ਵਿੱਚ ਕੀ ਹਾਲਾਤ ਆ ਉੱਥੇ ਜਾਣ ਤੇ ਤੁਹਾਨੂੰ ਫਾਇਦਾ ਵੀ ਹੈਗਾ ਕੋਈ ਜਾਂ ਜਿਹੜਾ ਆ ਤੁਹਾਡਾ ਨੁਕਸਾਨ ਹੀ ਹੋਏਗਾ ਤੁਹਾਡੇ ਪੈਸੇ ਖਰਾਬ ਹੋਣਗੇ ਆਉਣ ਜਾਣ ਦੀ ਟਿਕਟ ਖਰਾਬ ਹੋਊਗੀ ਸਾਰੀ ਆਪਾਂ ਗੱਲਬਾਤ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿੰਨੇ ਵੀ ਸਾਡੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਉਂਕਿ ਦੋਸਤੋ ਵੀਡੀਓ ਨੂੰ ਥੋੜੀਆ ਪੂਰੀ ਦੇਖਿਓ ਪਰ ਫਿਰ ਵੀ ਮੇਰੇ ਕੋਲ ਥੋੜਾ ਜਿਹਾ ਟਾਈਮ ਸੀਗਾ ਮੈਂ ਕਿਤੇ ਜਾਂਦਾ ਪਿਆ ਸੀ ਤੇ ਮੇਰੇ ਕੋਲ ਟਾਈਮ ਸੀ ਮੈਂ ਕਿ ਚਲੋ ਥੋੜੀ ਜਿਹੀ ਆਪਾਂ ਇਨਫੋਰਮੇਸ਼ਨ ਇਹਦੇ ਬਾਰੇ ਵੀ ਸ਼ੇਅਰ ਕਰਨੀ ਆ ਦੇਖੋ ਜੇ ਤੁਸੀਂ armenia ਜਾਣੇ ਹੋ armenia ਦੇ ਹੁਣ ਦੇ ਟਾਈਮ ਜਿਹੜਾ armenia ਦਾ agenta ਨੇ ਰੇਟ ਰੱਖਿਆ ਹੈ ਕਿਸੇ ਨੇ 2 ਲੱਖ ਕਿਸੇ ਨੇ 2.5 ਲੱਖ ਕਿਸੇ ਨੇ 3 ਲੱਖ ਵੀ ਅਸੀਂ ਤੁਹਾਨੂੰ 2.5 3 ਲੱਖ ਦੇ ਵਿੱਚ ਜਿਹੜਾ TRC ਕਾਰਡ ਬਣਾ ਕੇ ਦੇਾਂਗੇ ਤੁਹਾਨੂੰ ਅਸੀਂ ਉੱਥੇ ਕੰਮ ਤੇ ਲਗਵਾ ਕੇ ਦੇਾਂਗੇ ਸਾਰੇ ਯਾਨੀ ਕਿ ਇਥੋਂ ਇਦਾਂ ਦੀਆਂ ਗੱਲਾਂ ਕਰਕੇ ਜਿਹੜਾ ਉਹ ਤੁਹਾਡੇ ਕੋਲੋਂ 2 2.5 ਲੱਖ ਰੁਪਈਆ ਲੈ ਕੇ ਤੁਹਾਨੂੰ armenia ਭੇਜ ਦਿੰਦੇ ਆ ਅਰਮੀਨੀਆ ਭੇਜਦੇ ਆ ਦੁਬਈ ਕਿਉਂਕਿ ਜਿਹੜੀ ਆ 에ਅਰ ਅਰਬੀਆ ਇੱਕੋ ਹੀ ਫਲਾਈਟ ਆ ਇੱਕ ਅੱਧੀ ਕੋਈ ਹੋਰ ਹੋਊਗੀ ਜਿਹੜੀ ਇੰਡੀਆ ਤੋਂ ਜਾਂਦੀ ਆ ਬਾਯਾ ਉਹ ਸ਼ਾਰਜਾ ਜਾਂਦੀ ਆ ਸ਼ਾਰਜਾ ਤੋਂ ਉਹ ਅਰਮੀਨੀਆ ਜਾਂਦੀ ਆ ਹੋਰ ਕੋਈ ਡਾਇਰੈਕਟ ਫਲਾਈਟ ਨਹੀਂ ਹੈਗੀ ਤੁਹਾਨੂੰ ਪਹਿਲਾਂ ਦੁਬਈ ਭੇਜਦੇ ਆ ਦੁਬਈ ਤੋਂ ਬਾਅਦ ਤੁਹਾਨੂੰ ਉਹ ਅਰਮੀਨੀਆ ਭੇਜਦੇ ਆ ਤੇ ਜਿਹੜਾ ਪੈਸੇ ਵੀ ਤੁਹਾਡੇ ਕੋਲੋਂ 2.5 ਲੱਖ ਰੁਪਈਆ ਲੈ ਲੈਂਦੇ ਆ ਤੇ 2 2.5 ਲੱਖ ਦੇ ਵਿੱਚ ਦੋਸਤੋ ਪਹਿਲਾਂ ਤਾਂ ਜਦੋਂ ਤੁਸੀਂ ਜਾਣੇ ਆ ਜਾ ਕੇ ਜੇ ਤੁਹਾਡਾ TCRC ਕਾਰਡ ਵੀ ਅਗਲਾ ਤੁਹਾਨੂੰ ਬਣਾ ਕੇ ਆ ਦਿੰਦਾ ਹਨਾ ਘੱਟੋ ਘੱਟ 2.5 ਤਿੰਨ ਮਹੀਨੇ ਚਾਰ ਮਹੀਨੇ ਵੀ ਜਿਹੜੇ ਆ ਉਹ ਤੁਹਾਡੇ TCRC ਕਾਰਡ ਆਉਣ ਤੱਕਰ ਲੱਗ ਜਾਂਦੇ ਆ ਤੇ ਉਹ ਤੱਕੜ ਤੁਹਾਨੂੰ ਕੋਈ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਜੇ ਕੰਮ ਮਿਲ ਗਿਆ ਜੇ ਅਗਲੇ ਤੁਹਾਨੂੰ ਲਗਵਾਤਾ ਤੇ ਕੰਮ ਦਾ ਵੀ ਜਿਹੜਾ ਆ ਇੰਡੀਆ ਦਾ ਤਕਰੀਬਨ 15 ਤੋਂ 20000 ਰੁਪਈਆ ਬਣਦਾ ਆ ਇਸ ਤੋਂ ਵੱਧ ਜਿਹੜਾ ਉੱਥੇ 1 ਰੁਪਈਆ ਨਹੀਂ ਬਣਦਾ ਜੇ ਤੁਹਾਨੂੰ ਕੋਈ ਕਹੇ ਜੀ ਅਸੀਂ ਲੱਖ ਕਮਾਉਨੇ ਆ ਅਸੀਂ 50000 ਕਮਾਉਨੇ ਆ ਦੋਸਤੋ ਸਰਾਸਰ ਝੂਠਿਆ ਵੱਧ ਤੋਂ ਵੱਧ 15 ਜਾਂ 20 ਜਾਂ ਜਿਹੜੇ ਸਾਡੇ ਵੀਰ ਪਹਿਲਾਂ ਸੈੱਟ ਹੋਇਓ ਆ ਥੋੜਾ ਟਾਈਮ ਦੇ ਗਏ ਹੋ ਆ ਜਿਨ੍ਹਾਂ ਨੂੰ ਥੋੜੀ-ਮੋਟੀ ਉੱਥੇ ਦੀ ਭਾਸ਼ਾ ਆਉਂਦੀ ਆ ਜਾਂ ਜਿਹੜੇ ਉੱਥੇ ਕੰਮ ਦੀ ਜਾਣਕਾਰੀ ਆ ਉਹ 35-40000 ਬਣਾ ਲੈਂਦੇ ਹੋਣਗੇ ਪਰ ਜੇ ਤੁਸੀਂ ਕਹੋ ਵੀ ਅਸੀਂ ਅੱਜ ਜਾ ਕੇ ਉੱਥੇ ਅਸੀਂ 35-40000 ਕਮਾ ਲਾਂਗੇ ਅਸੀਂ ਬਣਾ ਲਾਂਗੇ ਅਸੀਂ ਘਰ ਨੂੰ ਭੇਜ ਦਾਂਗੇ 35-40000 ਇਹ ਸਭ ਹੈਗਾ ਝੂਠ ਕਿਉਂਕਿ ਮੇਰੇ ਖੁਦ ਪਿੰਡ ਦੇ ਦੋ ਬੰਦੇ ਆਏ ਆ ਮੈਂ ਉਹਨਾਂ ਨਾਲ ਗੱਲ ਕੀਤੀ ਆ ਬਕਾਇਦਾ ਉਹਨੇ ਮੇਰੇ ਨਾਲ ਗੱਲ ਕਰਕੇ ਦੱਸਿਆ ਕਿ ਵੀਰ ਉੱਥੇ ਐਦਾਂ ਦੇ ਹਾਲਾਤ ਆ ਵੀ ਨਾ ਤਾਂ ਉੱਥੇ ਕੰਮ ਮਿਲਦਾ ਦਾ ਜੇ ਕੰਮ ਮਿਲਦਾ ਆ ਮਹੀਨੇ 'ਚ 2-4 ਦਿਹਾੜੀਆਂ ਵੱਧ ਤੋਂ ਵੱਧ 5 ਦਿਹਾੜੀਆਂ ਉਹ ਕਹਿੰਦਾ ਸਾਡੀਆਂ ਲੱਗਦੀਆਂ ਹੁੰਦੀਆਂ ਸੀ ਉਹਦੇ ਵਿੱਚ ਤਾਂ ਸਾਡਾ ਰੂਮ ਦਾ ਕਿਰਾਇਆ ਸਾਡਾ ਖਾਣ ਪੀਣ ਦਾ ਕਿਰਾਇਆ ਉਹੀ ਨਿਕਲ ਜਾਂਦਾ ਸੀ ਇੱਕ ਜਿਹੜਾ ਬੰਦਾ ਸਾਡੇ ਪਿੰਡ ਦਾ ਗਿਆ ਸੀਗਾ ਉਹਨ ਤਾਂ ਥੋੜੇ ਕ ਟਾਈਮ ਚ ਜਾਨੀ ਕਿ 2-3 ਕ ਮਹੀਨੇ ਚ ਵਾਪਸ ਆ ਗਿਆ ਇੱਕ ਨੂੰ ਸਾਲ ਹੋ ਗਿਆ ਸੀ ਉਹ ਚਲੋ ਉੱਥੇ ਕੰਮ ਤੇ ਲੱਗਾ ਸੀ ਉਹ ਇੰਡੀਆ ਤੋਂ 2.5 ਲੱਖ ਲਾ ਕੇ ਗਿਆ ਸੀ 2.5 ਲੱਖ ਲਾ ਕੇ ਗਿਆ 2.5 ਲੱਖ ਦੇ ਵਿੱਚ ਹੁਣ ਤੁਸੀਂ ਮੰਨ ਲਓ ਉਹਦੀ 20000 ਰੁਪਈਆ ਸੈਲਰੀ ਸੀਗੀ 20000 ਦੇ ਹਿਸਾਬ ਨਾਲ ਜੇ ਉਹ 12 ਮਹੀਨੇ ਵੀ ਕਰਦਾ ਆ ਤੇ 240000 ਰੁਪਈਆ ਉਹਦਾ ਜਿਹੜਾ ਬਣਦਾ ਆ ਸਾਲ ਦਾ ਤੇ 2.5 ਲੱਖ ਉਹ ਲਾ ਕੇ ਗਿਆ 2.5 ਲੱਖ ਲਾ ਕੇ ਗਿਆ 2.40 ਹਜ਼ਾਰ ਉਹਦਾ ਸਾਲ ਦਾ ਜਿਹੜਾ ਬਣਦਾ ਆ ਤੇ ਸਾਲ ਦੇ ਵਿੱਚ 40-50 ਹਜ਼ਾਰ ਰੁਪਈਆ ਉਹਨੇ ਆਪਣਾ ਵੀ ਖਰਚਾ ਕੀਤਾ ਹੋਊਗਾ 2 ਲੱਖ ਰੁਪਈਆ ਉਹਨੇ ਇੰਡੀਆ ਨੂੰ ਪਾਇਆ ਜੇ ਸਾਲ ਦੇ ਵਿੱਚ ਉਸ ਤੋਂ ਬਾਅਦ 2 ਲੱਖ ਇੰਡੀਆ ਦੇ ਵਿੱਚ ਪਾਉਣ ਤੋਂ ਬਾਅਦ ਤੇ 40 ਹਜ਼ਾਰ ਤੇ 40-50 ਹਜ਼ਾਰ ਉਹ ਖੜਾ ਵੀ 2.5 ਲੱਖ ਤਾਂ ਉਹ ਪਹਿਲੇ ਲੱਗ ਗਿਆ ਸੀ ਤੇ 2 ਲੱਖ ਉਹਨੇ ਪਾਇਆ 50 ਹਜ਼ਾਰ ਉਹਦਾ ਫੇਲ ਹੈਗਾ ਆ ਉਸ ਤੋਂ ਬਾਅਦ ਜਦੋਂ ਤੁਸੀਂ ਮੋਰਨੇ ਸਾਲ ਫੇਟੀ ਆਰਸੀ ਕਾਰਡ ਬਣਾਉਣਾ ਲੱਖ ਡੇਢ ਲੱਖ ਤੁਹਾਡਾ ਫੇਲ ਲੱਗ ਜਾਂਦਾ ਆ ਇੰਡੀਆ ਦਾ ਘੱਟੋ ਘੱਟ ਲੱਖ ਡੇਢ ਲੱਖ ਜੇ ਤੁਸੀਂ ਦੂਜੀ ਵਾਰ ਆਪਣੀ ਟੀਆਰਸੀ ਕਾਰਡ ਬਣਾਉਣਾ ਤੁਹਾਡਾ ਫੇਰ ਲੱਗ ਜਾਂਦਾ ਆ ਤੇ ਦੂਜੇ ਸਾਲ ਫੇਰ ਉਹ ਤੁਸੀਂ ਦੇਖ ਲਓ ਵੀ ਜੇ ਤੁਹਾਡਾ 50 ਪਹਿਲਾਂ ਉਹ ਖੜਾ ਲੱਖ ਡੇਢ ਲੱਖ ਤੁਹਾਡਾ ਹੋਰ ਲੱਗ ਗਿਆ 2 ਲੱਖ ਗਿਆ ਉਹ 2 ਲੱਖ ਫੇਰ ਉਹ ਤੁਸੀਂ ਪਾਉਂਗੇ ਇਹ ਤਾਂ ਦੋਸਤੋ ਜਿੰਨੇ ਤੁਸੀਂ ਉਹ ਕਮਾਉਣੇ ਆ ਉਹਨੇ ਤੁਹਾਡੇ ਤੇ ਹੀ ਲੱਗੀ ਆ ਜਾਣੇ ਉਹ ਤੇ ਤੁਹਾਡੀ ਸੇਵਿੰਗ ਕੋਈ ਨਹੀਂ ਹੋਣੀ ਠੀਕ ਹੈ ਨਾ ਕਿਉਂਕਿ ਅਰਮੀਨੀਆ ਦੇ ਜਿਹੜੇ ਹਾਲਾਤ ਆ ਉੱਥੇ ਦੇ ਖਰਚੇ ਜਿਹੜੇ ਆ ਬਹੁਤ ਜ਼ਿਆਦੇ ਆ ਰੂਮਾਂ ਦੇ ਕਿਰਾਏ ਬਹੁਤ ਆ ਤਾਂ ਉੱਥੇ ਦਾ ਖਰਚਾ ਬਹੁਤ ਆ ਆਪਣਾ ਖਾਣ ਪੀਣ ਦਾ ਖਰਚਾ ਬਹੁਤ ਆ ਫੇਰ ਜੇ ਤੁਸੀਂ ਜੇ ਤੁਹਾਡਾ TCRC ਕਾਰਡ ਨਹੀਂ ਬਣਦਾ ਕਈ ਵੇਲੇ ਏਜੰਟ ਕੀ ਕਰਦੇ ਵੀ ਤੁਹਾਨੂੰ ਉੱਥੇ ਭੇਜੇ ਆ ਦਿੰਦੇ ਬਾਅਦ ਤੁਹਾਡੀ ਸਾਰ ਨਹੀਂ ਲੈਂਦੇ ਤੁਸੀਂ ਅਨਲੀਗਲ ਜਾਂਨੇ ਆ ਹੋ ਤੁਹਾਡਾ TCRC ਕਾਰਡ ਨਹੀਂ ਪੈਣਦਾ ਫੇਰ ਜਦੋਂ ਤੁਸੀਂ ਵਾਪਸ ਆਉਣਾ ਆ ਤੁਹਾਨੂੰ 에어ਪੋਰਟ ਤੇ ਫੈਨ ਭਰ ਕੇ ਆਉਣਾ ਪੈਂਦਾ ਉਹ ਫੈਨ ਭਰਨੇ ਲਈ ਵੀ 에어ਪੋਰਟ ਤੇ ਲੈਣਾ ਇੰਨੀਆਂ ਲੰਬੀਆਂ ਲੱਗੀਆਂ ਆ ਨਾ ਵੀ ਯਾਨੀ ਕਿ 2-3 ਘੰਟੇ ਬਾਅਦ ਜਾ ਕੇ ਤੁਹਾਡੀ ਕਿਤੇ ਵਾਰੀ ਆਉਂਦੀ ਆ ਫੈਨ ਵੀ ਉਧਰ ਲਾਹੋ 50-50 ਹਜ਼ਾਰ 60-60 ਹਜ਼ਾਰ ਉਧਰ ਲਾ ਯਾਨੀ ਕਿ ਜਿਹੜਾ ਅਰਮੀਨੀਆ ਦਾ ਆ ਉਹ ਫੈਨ ਮਾਰਦੇ ਆ ਉਹ ਤੁਹਾਨੂੰ ਫੈਨ ਭਰ ਕੇ ਫਿਰ ਜਿਹੜਾ ਆ ਉਹ ਇੰਡੀਆ ਵਾਪਸ ਆਉਣਾ ਪੈਣਾ ਇਸ ਕਰਕੇ ਦੋਸਤੋ ਵੀ ਜਿਹੜੇ ਅਰਮੀਨੀਆ ਦੇ ਹਾਲਾਤ ਆ ਹੁਣ ਦੇ ਟਾਈਮ ਮਾੜੇ ਆ ਅਰਮੀਨੀਆ ਨਾ ਜਾਓ ਜੇ ਤੁਸੀਂ ਜਾਣਾ ਆ ਜੇ ਤੁਸੀਂ ਚਾਹੁੰਨੇ ਆ ਵੀ ਅਸੀਂ ਉੱਥੇ ਦੇ ਹਾਲਾਤ ਦੇਖ ਕੇ ਆਉਣੇ ਆ ਤਾਂ ਦੋਸਤੋ ਤੁਸੀਂ ਆਪ ਜਿਹੜਾ ਅਰਮੀਨੀਆ ਦਾ ਵੀਜ਼ਾ ਲੈ ਲਓ ਆਪ ਜੇ ਤੁਸੀਂ ਅਰਮੀਨੀਆ ਦਾ ਵੀਜ਼ਾ ਲੈਣੇ ਆ ਵੱਧ ਤੋਂ ਵੱਧ ਤੁਹਾਡਾ 700 800 ਵੱਧ ਤੋਂ ਵੱਧ ਤੁਹਾਡਾ 1000 ਲੱਗ ਜਾਊ ਤੇ ਟਿਕਟ ਜਿਹੜੀ ਆ ਤੁਹਾਡੀ ਵੀ 25000 ਦੀ ਆਉਣ ਜਾਣ ਦੀ ਟਿਕਟ ਲੱਗ ਜਾਊ ਤੇ 35-40000 ਚ ਤੁਸੀਂ ਅਰਮੀਨੀਆ ਜਾ ਸਕਦੇ ਆ ਤੁਸੀਂ ਏਜੰਟਾਂ ਨੂੰ 2-2 2.5 ਲੱਖ ਨਾ ਦਿਓ ਜੇ ਤੁਸੀਂ ਅਰਮੀਨੀਆ ਜਾਣਾ ਆਪਣਾ 35-40000 ਲਾਓ 35-40000 ਲਾ ਕੇ ਤੁਸੀਂ ਜਾਇਓ ਜੇ ਤੁਹਾਨੂੰ ਕੰਮ ਮਿਲਦਾ ਤਾਂ ਤੁਸੀਂ ਉੱਥੇ ਟੈਗ ਜਾਓ ਜੇ ਨਹੀਂ ਮਿਲਦਾ ਤਾਂ ਵਾਪਸ ਆ ਜਾਓ ਜਿਹੜੀ ਤੁਸੀਂ ਆਉਣ ਜਾਣ ਦੀ ਟਿਕਟ ਲਈਓ ਆ ਉਹਦੇ ਵਿੱਚੇ ਤੁਸੀਂ ਵਾਪਸ ਆ ਜਾਣਾ ਇਹਦੇ ਨਾਲ ਇਹ ਤਾਂ ਹੋਊਗਾ ਵੀ ਜਿਹੜੇ ਤੁਹਾਡੇ ਪੈਸੇ ਲੱਗੇ ਹੋ ਆ ਉਹ ਤਾਂ ਨਾ ਖਰਾਬ ਹੋਣਗੇ 2.5 ਲੱਖ ਰੁਪਏ ਤਾਂ ਨਾ ਤੁਹਾਡਾ ਖਰਾਬ ਹੋਊਗਾ ਇਹਦਾ ਜਿਹੜਾ ਵੀਜ਼ਾ ਲੈਣਾ ਬਹੁਤ ਸੌਖਾ ਹੈ ਮੈਂ ਆਪਣੇ ਚੈਨਲ ਦੇ ਉੱਤੇ ਵੀਡੀਓ ਪਾਈਆਂ ਵੀ ਹੈ ਥੱਲੇ ਉਹਦਾ ਲਿੰਕ ਵੀ ਮੈਂ ਸ਼ੇਅਰ ਕਰ ਦਊਂਗਾ ਤੁਸੀਂ ਉਹਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਆਂ ਵੀ ਅਸੀਂ ਆਰਮੀਨੀਆ ਦਾ ਵੀਜ਼ਾ ਕਿਸ ਤਰੀਕੇ ਨਾਲ ਲੈਣਾ ਹੈ ਕਿੱਦਾਂ ਸੀ ਉਹਦਾ ਫਾਰਮ ਭਰਨਾ ਹੈ ਤੇ ਤੁਸੀਂ ਆਪ ਉਹਦਾ ਵੀਜ਼ਾ ਲੈ ਕੇ ਤੁਸੀਂ ਅਪਲਾਈ ਕਰ ਸਕਦੇ ਆਂ ਉਸ ਤੋਂ ਅੱਜ ਦੀ ਆਪਾਂ ਵੀਡੀਓ ਵਿੱਚ ਇੰਨੀ ਗੱਲਬਾਤ ਕਰਾਂਗੇ ਕੋਈ ਹੋਰ ਇਨਫੋਰਮੇਸ਼ਨ ਲੈ ਕੇ ਜਲਦੀ ਆ ਮੈਂ ਕੋ ਤਕਸਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ